ਸਾਰੇ ਭੈਣਾਂ ਭਰਾਵਾਂ ਨੂੰ ਜੈ ਮਸੀਹ ਦੀ। ਜਿਹੜੇ ਅੱਜ ਦੇ ਵਚਨ ਨੂੰ ਸੁਣਨ ਜਾ ਰਹੇ ਆ, ਪਰਮੇਸ਼ਰ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਜੋ ਪਰਮੇਸ਼ਰ ਨੇ ਮੇਰੇ ਨਾਲ ਗੱਲਬਾਤ ਕੀਤੀ ਆ, ਮੈਂ ਤੁਹਾਡੇ ਨਾਲ ਵਚਨ ਦੇ ਰਾਹੀਂ ਸ਼ੇਅਰ ਕਰੂੰਗੀ ਕਿ ਤੁਸੀਂ ਸਵਰਗੀ ਮਦਦ ਕਿਸ ਤਰ੍ਹਾਂ ਲੈ ਸਕਦੇ ਹੋ। ਆਪਾਂ ਦੇਖਦੇ ਹਾਂ ਕਿ ਸਵਰਗ ਦੇ ਪਰਮੇਸ਼ਰ 'ਤੇ ਅੱਖਾਂ ਲਾ ਕੇ ਹੀ ਆਪਾਂ ਸਵਰਗੀ ਮਦਦ ਲੈ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਕੂਚ ਦੀ ਕਿਤਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਰਮੇਸ਼ਰ ਦੇ ਲੋਕ ਇਜ਼ਰਾਈਲੀ ਮਿਸ਼ਰ ਵਿੱਚ ਬੰਦੀ ਸੀਗੇ। ਮਿਸਰ ਦੇ ਰਾਜੇ ਉਹਨਾਂ ਨੂੰ ਬਹੁਤ ਜ਼ੁਲਮ ਉਹਨਾਂ 'ਤੇ ਕਰਦੇ ਸੀ ਅਤੇ ਉਹਨਾਂ ਨੂੰ ਬਹੁਤ ਕੁੱਟਦੇ ਮਾਰਦੇ ਸੀ, ਉਹਨਾਂ ਤੋਂ ਬਹੁਤ ਕੰਮ ਲੈਂਦੇ ਸੀ, ਧੁੱਪ ਦੇ ਵਿੱਚ ਵੀ ਉਹਨਾਂ ਨੂੰ ਕੰਮ ਲਈ ਲਾਈ ਰੱਖਦੇ ਸੀ ਅਤੇ ਨਾ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਸੀ। ਅਤੇ ਉਹਨਾਂ ਦੀ ਦੁਹਾਈ, ਉਹਨਾਂ ਦਾ ਰੋਣਾ ਪਰਮੇਸ਼ਰ ਤੱਕ ਪਹੁੰਚਿਆ ਅਤੇ ਪਰਮੇਸ਼ਰ ਨੇ ਉਹਨਾਂ ਦੀ ਦੁਹਾਈ ਨੂੰ ਸੁਣ ਕੇ, ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਮੂਸਾ ਨੂੰ ਉਹਨਾਂ ਕੋਲ ਭੇਜਿਆ ਉਹਨਾਂ ਨੂੰ ਛਡਾਉਣ ਵਾਸਤੇ। ਅਤੇ ਕਿਸ ਤਰ੍ਹਾਂ ਮੂਸਾ 340 ਸਾਲਾਂ ਤੋਂ ਬਾਅਦ ਉਹਨਾਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ। ਮੂਸਾ ਉਹਨਾਂ ਦਾ ਮੁਕਤੀਦਾਤਾ ਬਣ ਕੇ ਆਇਆ ਪਰਮੇਸ਼ਰ ਵੱਲੋਂ। ਅੱਜ ਵੀ ਪਰਮੇਸ਼ਰ ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ 'ਚ ਕਰਦਾ ਆ। ਜਦੋਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ, ਹਾਰ ਜਾਂਦੇ ਹਾਂ, ਥੱਕ ਜਾਂਦੇ ਤਾਂ ਪਰਮੇਸ਼ਰ ਜ਼ਰੂਰ ਸਾਡੀ ਮਦਦ ਸਵਰਗ ਤੋਂ ਭੇਜਦਾ ਆ। ਹਾਲੇਲੂਇਆ। ਇਸੇ ਤਰ੍ਹਾਂ ਜਿੱਦਾਂ ਆਪਾਂ ਦੇਖਦੇ ਹਾਂ ਪਰਮੇਸ਼ਰ ਪਿਤਾ ਨੇ ਆਪਣੇ ਪੁੱਤਰ ਪ੍ਰਭੂ ਯੱਸੂ ਜੀ ਨੂੰ ਸਾਡੇ ਮੁਕਤੀਦਾਤਾ ਬਣਾ ਕੇ ਸੰਸਾਰ ਦੇ ਵਿੱਚ ਭੇਜਿਆ, ਜਿਸ ਨੂੰ ਆਪਾਂ ਗੁੱਡ ਨਿਊਜ਼ ਕਹਿੰਦੇ ਹਾਂ। ਪ੍ਰਭੂ ਯੱਸੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਪਾਂ ਕ੍ਰਿਸਮਿਸ ਦਾ ਦਿਹਾੜਾ ਮਨਾਉਂਦੇ ਹਾਂ। ਆਪਾਂ ਦੇਖਦੇ ਹਾਂ ਕਿ ਜਿਹੜਾ ਕ੍ਰਿਸਮਿਸ ਦਾ ਦਿਨ ਆ, ਇਹ ਸਾਰੇ ਸੰਸਾਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਆ, ਮਨਾਇਆ ਜਾਂਦਾ ਆ, ਕਿਉਂਕਿ ਪਰਮੇਸ਼ਰ ਨੇ ਕਿਸੇ ਇੱਕ ਦੀ ਖਾਤਰ ਨਹੀਂ ਆਪਣੇ ਪੁੱਤ ਨੂੰ ਕੁਰਬਾਨ ਕੀਤਾ, ਕਿਸੇ ਇੱਕ ਦੀ ਖਾਤਰ ਨਹੀਂ ਉਹਨੂੰ ਇਸ ਧਰਤੀ 'ਤੇ ਭੇਜਿਆ। ਵਚਨ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ, ਜਿਹੜਾ ਉਸ 'ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਸਗੋਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ। ਹਾਲੇਲੂਇਆ। ਪ੍ਰਭੂ ਯੱਸੂ ਇਸ ਸੰਸਾਰ 'ਤੇ ਆਏ ਸਾਨੂੰ ਪਾਪਾਂ ਤੋਂ ਛਡਾਉਣ, ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਦੇਣ, ਸਾਨੂੰ ਅਡਿਕਸ਼ਨਾਂ ਤੋਂ ਛੁਟਕਾਰਾ ਦੇਣ ਅਤੇ ਸਾਨੂੰ ਸੈਲਵੇਸ਼ਨ ਦੇਣ ਵਾਸਤੇ, ਮੁਕਤੀ ਦੇਣ ਵਾਸਤੇ ਆਏ, ਨਰਕ ਦੀ ਅੱਗ ਤੋਂ ਬਚਾਉਣ ਵਾਸਤੇ ਆਏ। ਆਪਾਂ ਦੇਖਦੇ ਕਿ ਇੱਕ ਕ੍ਰਿਸਮਿਸ ਦਾ ਦਿਨ ਆ ਜਿਹੜਾ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਅਤੇ ਲਾਈਟਾਂ ਜਗਾਈਆਂ ਜਾਂਦੀਆਂ, ਕਿਉਂਕਿ ਇਸ ਦਿਨ ਚਾਨਣ ਆਇਆ ਧਰਤੀ ਦੇ ਉੱਤੇ। ਜਦੋਂ ਚਾਨਣ ਆਉਂਦਾ ਤਾਂ ਸਾਰਾ ਹਨੇਰਾ ਦੂਰ ਹੋ ਜਾਂਦਾ, ਹਨੇਰੇ ਦੀਆਂ ਸ਼ਕਤੀਆਂ ਦੂਰ ਹੋ ਜਾਂਦੀਆਂ। ਇਸੇ ਤਰ੍ਹਾਂ ਜਦੋਂ ਯੱਸੂ ਮਸੀਹ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਤਾਂ ਸਾਡੀ ਜ਼ਿੰਦਗੀ ਦਾ ਹਨੇਰਾ ਦੂਰ ਹੋ ਜਾਂਦਾ ਅਤੇ ਸਾਡੀ ਜ਼ਿੰਦਗੀ ਜਿਹੜੀ ਪਾਕ ਪਵਿੱਤਰ ਹੋ ਜਾਂਦੀ, ਚਾਨਣ ਦੇ ਨਾਲ ਭਰ ਜਾਂਦੀ ਆ ਅਤੇ ਸਾਡਾ ਮੇਲ ਉਸ ਸਵਰਗੀ ਪਰਮੇਸ਼ਰ ਦੇ ਨਾਲ ਹੋ ਜਾਂਦਾ ਆ ਜਿਹਨੂੰ ਅਸੀਂ ਪਿਤਾ ਪਰਮੇਸ਼ਵਰ ਕਹਿੰਦੇ ਹਾਂ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਅਸੀਂ ਜਿੱਦਾਂ ਸਵਰਗ ਤੋਂ ਕਿਸ ਤਰ੍ਹਾਂ ਮਦਦ ਲੈ ਸਕਦੇ, ਜਿੱਦਾਂ ਆਪਾਂ ਸੈਮੂਅਲ ਦੇ ਪਹਿਲੇ ਸੈਮੂਅਲ ਦੇ 17ਵੇਂ ਚੈਪਟਰ ਦੇ ਵਿੱਚ ਆਪਾਂ ਦੇਖਦੇ ਹਾਂ ਦਾਊਦ ਜਿਹੜਾ ਸੀ ਉਹ ਪਰਮੇਸ਼ੁਰ ਤੋਂ ਡਰਨ ਵਾਲਾ ਸੀ ਅਤੇ ਉਸ ਦੀ ਆਗਿਆ ਦੇ ਮੁਤਾਬਕ ਆਪਣਾ ਜੀਵਨ ਗੁਜ਼ਾਰਦਾ ਸੀ ਅਤੇ ਪਰਮੇਸ਼ੁਰ ਹਮੇਸ਼ਾ ਉਹਦੇ ਨਾਲ ਰਹਿੰਦਾ ਸੀ। ਉਸਦੇ ਇੱਕ ਪੱਥਰ ਦੇ ਨਾਲ ਹੀ ਗੋਲੀਅਤ ਨੂੰ, ਜੋ ਬਹੁਤ ਵੱਡਾ ਸੀ, ਬਹੁਤ ਹਥਿਆਰਬੰਦ ਸੀ ਅਤੇ ਜਿਸ ਤੋਂ ਸਾਰੇ ਡਰਦੇ ਸੀ, ਕੋਈ ਉਹਦਾ ਸਾਹਮਣਾ ਕਰਨ ਨਹੀਂ ਸੀ ਜਾਂਦਾ, ਅਤੇ ਦਾਊਦ ਜਿਹੜਾ ਛੋਟੇ ਜਿਹੇ ਕੱਦ ਦਾ ਸੀ ਅਤੇ ਉਹਨੇ ਹਿੰਮਤ ਕੀਤੀ ਕਿ ਮੈਂ ਉਹਦੇ ਨਾਲ ਜਾਵਾਂਗਾ ਲੜਾਈ ਕਰਨ ਦੇ ਲਈ, ਅਤੇ ਉਹਨੇ ਆਪਣੇ ਇੱਕ ਪੱਥਰ ਦੇ ਨਿਸ਼ਾਨੇ ਦੇ ਨਾਲ ਉਹਨੂੰ ਗੋਲੀਅਤ ਨੂੰ ਮਾਰ ਦਿੱਤਾ। ਇਹ ਦਾਊਦ ਦੇ ਵਿੱਚ
इन्नी ताकत नहीं सी पर उहदे नाल उह ताकतवर परमेश्वर सी जिहदे करके गुलियत मारिया गया। इस तरह जदों असीं अपने परमेश्वर का सहारा लैंदे हां ते चाहे साडे हालात जिद्दां दे मर्जी होण, जे साडे नाल परमेश्वर आ तां असीं हर एक हालात दे विचों निकल सकते हाँ। इस करके आपां अपणियां जखां उस परमेश्वर ते लाइए कि परमेश्वर हर हालात दे विच साडे नाल होवे ते सानूं जित देवे। हालेलुया। परमेश्वर दाऊद दे नाल क्यों सी? क्योंकि वह परमेश्वर दे वचना ते चलदा सी। जिस तरह परमेश्वर उन्हों डायरेक्शन दिंदे सी वह उस मुताबक ही काम करदा सी, उस तो डरदा सी। अज परमेश्वर आपां नूं भी यही कहना चाहुंदा आ कि आपां भी उहदे वचना मुताबक चलीए तां परमेश्वर साडे नाल होगा ते हर एक जगह सानूं प्रोटेक्ट करूगा, गाइड करूगा। परमेश्वर दा वचन सानूं की दसदा आ कि सब दे लई दुआ करो, दुश्मनों नूं प्यार करो, माफ़ करो, चोरी ना करो, झूठ ना बोलो, व्यभिचार ना करो, पवित्रताई दा जीवन गुजारो। तो फिर परमेश्वर साडी अगवाई करेगा। जदों जो वचन दे विच लिखिया सी उहदे ते चलांगे तो फिर परमेश्वर जिहड़ा आ उह समर्थ रखदा आ कि सानूं हर एक हालात दे विच बचावे। हालेलुया। जिस तरह कूच दे 33वें चैप्टर दे 14वें वर्स च परमेश्वर दे वचन दे विच लिखिया आ कि प्रभु ने मूसा नूं कहा मैं तेरे संग जावांगा। जदों भी परमेश्वर अपने किसी भी सेवक नूं भेजदे किसी काम दे वास्ते, जदों असीं परमेश्वर दी आवाज़ नूं सुन के उसी तरह करदे हाँ तां परमेश्वर हमेशा साडे अंग संग हुंदा आ ते उस काम दे विच सफल भी करदा आ। जिस तरह ये वादा किया परमेश्वर ने मूसा नूं कि मैं तेरे नाल जावांगा, तो वचन दे विच लिखिया आ कि जदों जदों इजराइली जिदा जिदा जांदे सी उजाड़ दे विच दी ते परमेश्वर दा जिहड़ा हजूरी दा बदल ते जो मशाल सी अग दी उह उहनां दे नाल नाल अगे अगे चलदी सी। हालेलुया। इस तरह जिस तरह अब्राहम परमेश्वर की आग्ञा मुताबक उस धरती ते चले गया जिथे परमेश्वर ने कहा सी कि तू जा, ते जो उस धरती ते गया ते अब्राहम नूं जिहड़ी सी बंजर धरती मिली ते उहदे भतीजे नूं जिहड़ी सी उपजाऊ जमीन मिली, ते परमेश्वर अब्राहम दे नाल सी क्योंकि वह परमेश्वर की आवाज़ नूं सुन के चलदा सी, उहदे वचन मुताबक चलदा सी। ते परमेश्वर ने अब्राहम नूं वह जिहड़ी बंजर जमीन उहनूं मिली सी उहनूं उपजाऊ बना दिता। परमेश्वर अद्भुत परमेश्वर आ, जिहड़े उहदी आवाज़ नूं सुणदे आ उह उहनां ते अपनी किरपा बनाई रखदा। हालेलुया। जे अज किसी भैण भरा दी जिंदगी दे विच कोई निराशा है ते उहनां नूं लग रिहा कि कुछ नहीं होण वाला, ते परमेश्वर ते भरोसा रखो, उहदे वचन मुताबक चलदे रहो, अपनी डायरेक्शन सीधी वचन दे मुताबक परमेश्वर दे राहां ते सीधी रखो ते परमेश्वर तुहाडे लई दरवाजे खोलण जा रहा आ। हालेलुया। ये उहदा वादा आ ते उह करदा भी ते उह करन योग परमेश्वर आ। हालेलुया। हिम्मत ना हारो, परमेश्वर हालात बदलन दी ताकत रखदा आ। उह हनेरे नूं चानण विच बदल सकदा आ क्योंकि सब कुछ तो उन्हें रचिया आ, कोई भी चीज़ उहदे तो बिना नहीं रची गई इस धरती की। वह रचनहारा परमेश्वर आ, वह शब्द आ, वह देहधारी होया, वह धरती ते आया, चानण बन के साडे विचकार आया ते सानू साडे पापा तो उन्हें छुटकारा दिता। उहदा नाम है यीशु मसीह। हालेलुया। इस तरह जिदा आप देखते हैं मत्ती दे 11वें चैप्टर दे 28वें वर्स दे विच प्रभु यीशु ने कहा मेरे कोल आओ मैं तुहानू आराम देवांगा। इत्थे प्रभु यीशु ने दा वचन कहिंदा कि मेरे कोल आओ ते मैं तुहानू आराम देवांगा। मेरे कोल आउण दा मतलब कि मेरे वचन मुताबक जिंदगी जियो। मेरे कोल आओ वचना मुताबक। आराम दा मतलब ये नहीं कि काम तो आराम, आराम का मतलब जिहड़ा इत्थे आ कि तुहानू स्ट्रगल तुहाडे खत्म हो जाणगे जो तुसी मेरे कोल आओगे। जदों तुसी मेरे वचना मुताबक जिंदगी बतीत करोगे तुहाडे स्ट्रगल खत्म हो जाणगे, तुहाडा स्ट्रैस तो तुहानू आराम मिलेगा, बीमारियों तो छुटकारा मिलेगा, अडिक्शनों तो छुटकारा मिलेगा।
ਇਸ ਨੂੰ ਆਰਾਮ ਕਿਹਾ ਗਿਆ ਆ। ਹਾਲੇਲੂਇਆ। ਮੈਂ ਇੱਥੇ ਜ਼ਰੂਰੀ ਦੱਸਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਦੇ ਪਿੱਛੇ ਚੱਲਦੇ ਸਮੇਂ ਸਾਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਪੈ ਵੀ ਸਕਦਾ ਆ। ਜੋ ਮੇਰੀ ਆਪਣੀ ਜ਼ਿੰਦਗੀ ਦਾ ਇਹ ਤਜ਼ਰਬਾ ਆ ਕਿ ਪਰਮੇਸ਼ਰ ਦੇ ਵਿੱਚ ਚੱਲਦੇ ਸਮੇਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ, ਪਰ ਇੱਥੇ ਯਾਦ ਰੱਖਣਾ ਆ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਕਿ ਛੁਟਕਾਰਾ ਦੇਣ ਵਾਲਾ ਉਹ ਪਰਮੇਸ਼ਰ ਆ। ਜਿਹੜੇ ਉਹਦੇ 'ਤੇ ਭਰੋਸਾ ਰੱਖਦੇ ਆ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ। ਜਿਹੜੇ ਪਰਮੇਸ਼ਰ 'ਤੇ ਭਰੋਸਾ ਰੱਖਦੇ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ। ਜਿੱਦਾਂ ਚਰਚ ਦੇ ਵਿੱਚ ਸਿਸਟਰ ਜੀ ਗੀਤ ਗਾਉਂਦੇ ਹੁੰਦੇ ਆ, ਜਬ ਸਾਰੇ ਦਰਵਾਜ਼ੇ ਤੁਝੇ ਬੰਦ ਦਿਖੇ ਸਮਝੋ ਨਯਾ ਦੁਆਰ ਖੋਲ੍ਹਾ ਹੈ ਪ੍ਰਭੂ ਨੇ। ਜਦੋਂ ਧਰਤੀ ਦੀ ਮਦਦ ਖਤਮ ਹੋ ਜਾਵੇ, ਕੋਈ ਸਹਾਰਾ ਨਾ ਰਵੇ, ਕੋਈ ਸਾਖ ਸੰਬੰਧੀ ਨਾ ਨਾਲ ਹੋਵੇ ਦੁੱਖਾਂ ਦੇ ਵਿੱਚ, ਸਾਰੇ ਛੱਡ ਕੇ ਚਲੇ ਜਾਣ, ਕੋਈ ਰਾਹ ਨਾ ਦਿਸੇ, ਬਿਲਕੁਲ ਇਕੱਲਾ ਮਹਿਸੂਸ ਕਰੋ, ਜੀਣ ਨੂੰ ਦਿਲ ਨਾ ਕਰੇ, ਤਾਂ ਸਮਝੋ ਕਿ ਸਵਰਗ ਖੁੱਲ੍ਹਣ ਜਾ ਰਿਹਾ ਆ। ਬਸ ਇੰਨਾ ਆ ਕਿ ਅੱਖਾਂ ਪਰਮੇਸ਼ਰ 'ਤੇ ਲੱਗੀਆਂ ਹੋਣ ਅਤੇ ਤੁਹਾਡੀ ਡਾਇਰੈਕਸ਼ਨ ਜਿਹੜੀ ਸਿੱਧੀ ਹੋਵੇ ਉਹਦੇ ਵਚਨਾਂ ਮੁਤਾਬਕ, ਅਤੇ ਸਵਰਗ ਖੁੱਲ੍ਹ ਜਾਂਦਾ ਆ। ਹਾਲੇਲੂਇਆ। ਇਜ਼ਰਾਈਲੀ ਜਿਹੜੇ ਆ ਜਦੋਂ ਜੰਗਲਾਂ ਦੇ ਵਿੱਚ ਦੀ ਜਾਂਦੇ ਸੀ ਅਤੇ ਉਦੋਂ ਨਾ ਉਹ ਬੀਜਦੇ ਸੀ ਨਾ ਉਹ ਵੱਢਦੇ ਸੀ, ਅਤੇ ਉਹਨਾਂ ਦੀ ਧਰਤੀ ਤੋਂ ਮਦਦ ਜਿਹੜੀ ਸੀ ਖਤਮ ਹੋ ਗਈ ਸੀ, ਉਹਨਾਂ ਨੂੰ ਕੋਈ ਖਾਣਾ ਨਹੀਂ ਸੀ ਮਿਲਦਾ, ਅਤੇ ਉਸ ਟਾਈਮ ਪਰਮੇਸ਼ਰ ਦਾ ਸਵਰਗ ਖੁੱਲ੍ਹ ਗਿਆ ਸੀ ਅਤੇ ਸਵਰਗ ਤੋਂ ਉਹਨਾਂ ਵਾਸਤੇ ਮੰਨਾ ਆਇਆ ਸੀ। ਉਹ ਪਰਮੇਸ਼ਰ ਆ ਜਦੋਂ ਉਹਦੇ ਆਗਿਆ ਮੁਤਾਬਕ ਅਸੀਂ ਚੱਲਦੇ ਹਾਂ, ਪਰਮੇਸ਼ਰ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਉਸ ਧਰਤੀ 'ਤੇ ਲੈ ਕੇ ਜਾਵਾਂਗਾ ਜਿਹੜੀ ਆਰਾਮ ਦੀ ਧਰਤੀ ਆ, ਅਤੇ ਜਦੋਂ ਉਹ ਚੱਲਦੇ ਸੀ ਜਾਂਦੇ ਸੀ ਚਾਹੇ ਉਹ ਬੁੜਬੁੜਾਉਂਦੇ ਸੀ, ਪਰ ਉਨਾ ਹੀ ਜ਼ਿਆਦਾ ਉਹਨਾਂ ਨੂੰ ਟਾਈਮ ਲੱਗਾ ਜਿੰਨਾ ਉਹ ਬੁੜਬੁੜਾਉਂਦੇ ਰਹੇ, ਪਰ ਉਹ ਫਿਰ ਤੁਰ ਪੈਂਦੇ ਸੀ। ਜਦੋਂ ਮੂਸਾ ਉਹਨਾਂ ਨੂੰ ਪਰਮੇਸ਼ਰ ਦੀ ਆਵਾਜ਼ ਸੁਣ ਕੇ ਦੱਸਦਾ ਸੀ ਤਾਂ ਉਹ ਫਿਰ ਉਸ ਰਾਹ 'ਤੇ ਡਾਇਰੈਕਸ਼ਨ 'ਤੇ ਤੁਰਦੇ ਸੀ, ਤਾਂ ਪਰਮੇਸ਼ਰ ਨੇ ਉਹਨਾਂ ਦੇ ਖਾਣ ਪੀਣ ਦਾ ਵੀ ਖਿਆਲ ਰੱਖਿਆ, ਨਾ ਉਹਨਾਂ ਦੀਆਂ ਜੁੱਤੀਆਂ ਘਸੀਆਂ ਅਤੇ ਨਾ ਉਹਨਾਂ ਦੇ ਕੱਪੜੇ ਪਾਟੇ। 40 ਸਾਲ ਲੱਗ ਗਏ ਸਿਰਫ ਉਹਨਾਂ ਦੇ ਬੁੜਬੁੜਾਉਣ ਕਰਕੇ, ਉਹ ਹਿੰਮਤ ਹਾਰ ਜਾਂਦੇ ਸੀ, ਪਰ ਪਰਮੇਸ਼ਰ ਆਪਣੇ ਵਾਅਦੇ ਮੁਤਾਬਕ ਉਹਨਾਂ ਨੂੰ ਉਸ ਧਰਤੀ 'ਤੇ ਲੈ ਕੇ ਗਿਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਦੀਆਂ ਅੱਜ ਸਵਰਗ ਦੇ ਪਰਮੇਸ਼ਰ 'ਤੇ ਅੱਖਾਂ ਲੱਗੀਆਂ ਆ, ਚਾਹੇ ਧਰਤੀ 'ਤੇ ਉਹਨਾਂ ਦੀ ਮਦਦ ਖਤਮ ਹੋ ਗਈ ਹੋਵੇ, ਹਿੰਮਤ ਨਾ ਹਾਰੋ, ਕਿਉਂਕਿ ਸਵਰਗ ਦਾ ਪਰਮੇਸ਼ਰ ਦੇਖਦਾ ਆ, ਉਹ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਆ। ਪਰ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਖੜ੍ਹੇ ਰਹੋ, ਅੜੇ ਰਹੋ, ਅਤੇ ਪਰਮੇਸ਼ਰ ਤੁਹਾਡੇ ਲਈ ਤੁਹਾਡੀ ਜ਼ਰੂਰਤ ਮੁਤਾਬਕ ਸਭ ਕੁਝ ਮੁਹੱਈਆ ਕਰਨ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਜਿੱਦਾਂ ਯੋਹੰਨਾ 5 ਦੇ 5ਵੇਂ ਵਰਸ ਤੋਂ ਲੈ ਕੇ ਆਪਾਂ 8ਵੇਂ ਤੱਕ ਪੜ੍ਹਾਂਗੇ, ਉੱਥੇ ਇੱਕੋ ਆਦਮੀ ਸੀ ਜੋ 38 ਸਾਲਾਂ ਤੋਂ ਬਿਮਾਰ ਸੀ। ਯਸੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਚਿਰ ਤੋਂ ਬਿਮਾਰ ਹੈ, ਉਸ ਨੂੰ ਕਿਹਾ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹਾਂ? ਬਿਮਾਰ ਆਦਮੀ ਨੇ ਉੱਤਰ ਦਿੱਤਾ, ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਵੀ ਨਹੀਂ ਹੈ ਜੋ ਪਾਣੀ ਦੇ ਹਿਲਦਿਆਂ ਹੋਇਆਂ ਹੀ ਮੈਨੂੰ ਪਾਣੀ ਵਿੱਚ ਉਤਾਰੇ। ਜਦੋਂ ਮੈਂ ਜਾ ਕੇ ਉਤਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੋਈ ਦੂਜਾ ਮੇਰੇ ਤੋਂ ਪਹਿਲਾਂ ਹੀ ਪਾਣੀ ਵਿੱਚ ਉਤਰ ਜਾਂਦਾ ਹੈ। ਯਸੂ ਨੇ ਉੱਤਰ ਦਿੱਤਾ, ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ। ਉਹ ਆਦਮੀ ਇੱਕਦਮ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ ਲੱਗਾ। ਹੁਣ ਇੱਥੇ ਆਪਾਂ ਦੇਖਦੇ ਹਾਂ ਕਿ ਉਹ ਆਦਮੀ ਜਿਹੜਾ ਬੈਠਾ ਸੀ 38 ਸਾਲਾਂ ਤੋਂ ਬਿਮਾਰ ਸੀ ਅਤੇ ਉਹ ਰੋਜ਼ ਆ ਕੇ ਤਲਾਅ ਦੇ ਕੰਢੇ ਬਹਿ ਜਾਂਦਾ ਸੀ, ਕਿਉਂਕਿ ਉਸ ਤਲਾਅ ਦੇ ਵਿੱਚ ਜਦੋਂ ਕੋਈ ਡੁੱਬਕੀ ਮਾਰਦਾ ਸੀ ਤਾਂ ਉਹ ਠੀਕ ਹੋ ਜਾਂਦਾ ਸੀ।
ਪਰਮੇਸ਼ਰ ਦਾ ਦੂਤ ਆ ਕੇ ਉਸ ਪਾਣੀ ਨੂੰ ਹਿਲਾਉਂਦਾ ਸੀ ਤੇ ਜਦੋਂ ਕੋਈ ਡੁਬਕੀ ਮਾਰਦਾ ਸੀ ਤੇ ਉਹ ਚੰਗਾ ਹੋ ਜਾਂਦਾ ਸੀ। ਉਹ ਇਕੱਲਾ ਸੀ, ਉਹਦਾ ਕੋਈ ਸਹਾਰਾ ਨਹੀਂ ਸੀ ਜਿਹੜਾ ਉਹਨੂੰ ਉਤਾਰ ਕੇ ਤਲਾਅ ਦੇ ਵਿੱਚ ਲੈ ਜਾਵੇ, ਤੇ ਨਾ ਕੋਈ ਉਹਦੀ ਮਦਦ ਸੀ। ਉਹ ਕਿੰਨਾ ਦੁਖੀ, ਕਿੰਨਾ ਲਾਚਾਰ ਤੇ ਕਿੰਨਾ ਬੇਵੱਸ ਹੋਊਗਾ ਆਪਾਂ ਦੇਖਦੇ ਹਾਂ। ਪਰ ਉਹਦੇ ਫਿਰ ਵੀ ਉਹ ਵਿਸ਼ਵਾਸ ਦੇ ਵਿੱਚ ਉੱਥੇ ਬੈਠਾ ਰਿਹਾ ਕਿ ਕਦੋਂ ਮੈਂ ਪਾਣੀ 'ਚ ਡੁਬਕੀ ਮਾਰਾਂ ਤੇ ਕਦੋਂ ਮੈਂ ਠੀਕ ਹੋਵਾਂ, ਕਿਉਂਕਿ ਉਹਨੂੰ ਪਤਾ ਸੀ ਕਿ ਪਰਮੇਸ਼ਰ ਠੀਕ ਕਰ ਸਕਦਾ ਆ। ਉਹਨੇ ਹਿੰਮਤ ਨਹੀਂ ਹਾਰੀ, ਉਹ ਬੈਠਾ ਰਿਹਾ। ਫਿਰ ਕੀ ਹੋਇਆ, ਸਵਰਗ ਤੋਂ ਪਰਮੇਸ਼ਰ, ਸਵਰਗ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਖੁਦ ਆ ਕੇ ਉਹਨੂੰ ਪੁੱਛਣ ਲੱਗੇ ਕਿ ਤੂੰ ਕੀ ਚਾਹੁੰਦਾ ਆ। ਤੇ ਫਿਰ ਪਰਮੇਸ਼ਰ ਨੇ ਉਹਨੂੰ ਪਾਣੀ 'ਚ ਵੀ ਨਹੀਂ ਜਾਣ ਲਈ ਕਿਹਾ, ਉਹ ਪਰਮੇਸ਼ਰ ਨੇ ਕਿਹਾ ਚੱਲ ਉੱਠ, ਤੇ ਉਹ ਉਸੇ ਵੇਲੇ ਚੰਗਾ ਹੋ ਗਿਆ। ਇਸ ਕਰਕੇ ਇੰਤਜ਼ਾਰ ਕਰੋ, ਕਾਹਲੀ ਨਾ ਕਰੋ ਕਿ ਅਸੀਂ ਛੇਤੀ ਕੁਛ ਹੋ ਜਾਵੇ। ਹਿੰਮਤ ਨਾ ਹਾਰੋ, ਬੋੜਰ ਬੜਾਓ ਨਾ, ਅੱਖਾਂ ਪਰਮੇਸ਼ਰ 'ਤੇ ਲਾ ਕੇ ਰੱਖੋ, ਦੁਆਵਾਂ 'ਚ ਲੱਗੇ ਰਹੋ, ਵਚਨ ਮੁਤਾਬਕ ਚੱਲਦੇ ਜਾਓ, ਪਵਿੱਤਰਤਾ 'ਚ ਚੱਲਦੇ ਜਾਓ, ਅਤੇ ਇੱਕ ਟਾਈਮ ਪਰਮੇਸ਼ਰ ਆ ਕੇ ਸਾਨੂੰ ਜ਼ਰੂਰ ਚੰਗਾ ਕਰੂਗਾ, ਸਾਨੂੰ ਜ਼ਰੂਰ ਉਹ ਚੀਜ਼ਾਂ ਦਊਗਾ, ਸਾਡੇ ਹਾਲਾਤਾਂ ਨੂੰ ਬਦਲੂਗਾ, ਕਿਉਂਕਿ ਉਹ ਪਰਮੇਸ਼ਰ ਆ। ਕੋਈ ਮਨੁੱਖ ਨਹੀਂ ਗਾ ਜਿਹੜਾ ਮੁੱਖ ਮੋੜ ਲਵੇ। ਪਰਮੇਸ਼ਰ ਦੀਆਂ ਅੱਖਾਂ ਹਮੇਸ਼ਾ ਆਪਣੇ ਵਿਸ਼ਵਾਸੀਆਂ 'ਤੇ ਲੱਗੀਆਂ ਰਹਿੰਦੀਆਂ ਆ। ਹਾਲੇਲੂਇਆ, ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਪਰਮੇਸ਼ਰ ਨੇ ਸਾਨੂੰ ਇੱਕ ਇਸ ਲਈ ਸੱਦਿਆ ਕਿ ਅਸੀਂ ਇੱਕ ਦੂਜੇ ਲਈ ਮੁਕਤੀ ਦਾ ਕਾਰਨ ਬਣੀਏ। ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ, ਮੈਂ ਤੈਨੂੰ ਠਹਿਰਾਇਆ ਹੈ ਕਿ ਮੈਂ ਤੇਰੇ ਦੁਆਰਾ ਆਪਣੇ ਕੰਮ ਕਰਾਂ। ਘਬਰਾਓ ਨਾ ਹਾਲਾਤ ਦੇਖ ਕੇ, ਨਿਰਾਸ਼ ਨਾ ਹੋਵੋ, ਪਰੇਸ਼ਾਨ ਨਾ ਹੋਵੋ। ਆਪਣਾ ਪਰਮੇਸ਼ਰ ਹਾਲਾਤਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਆਪਾਂ ਪੜ੍ਹਦੇ ਹਾਂ ਉਤਪਤ ਦੇ 21ਵੇਂ ਚੈਪਟਰ ਦਾ 14 ਤੋਂ ਲੈ ਕੇ 21 ਤੱਕ। ਇਸ ਲਈ ਅਬਰਾਹਮ ਨੇ ਅਗਲੀ ਸਵੇਰ ਹੀ ਕੁਝ ਰੋਟੀ ਅਤੇ ਪਾਣੀ ਦੀ ਮਸ਼ਕ ਲੈ ਕੇ ਹਾਜ਼ਰਾਂ ਨੂੰ ਦਿੱਤੇ ਅਤੇ ਉਸ ਨੂੰ ਉਸ ਦੇ ਪੁੱਤਰ ਸਮੇਤ ਘੱਲ ਦਿੱਤਾ। ਸੋ ਉਹ ਉਸ ਦੇ ਘਰੋਂ ਚਲੀ ਗਈ ਅਤੇ ਬੈਰ ਸਭਾ ਦੀ ਉਜਾੜ ਵਿੱਚ ਭਟਕਦੀ ਰਹੀ। ਜਦੋਂ ਮਸ਼ਕ ਦਾ ਪਾਣੀ ਮੁੱਕ ਗਿਆ, ਉਸ ਨੇ ਬੱਚੇ ਨੂੰ ਇੱਕ ਝਾੜੀ ਦੇ ਥੱਲੇ ਲਟਾ ਦਿੱਤਾ ਅਤੇ ਉਹ ਆਪ ਜਾ ਕੇ ਕੁਝ ਦੂਰੀ 'ਤੇ ਬੈਠ ਗਈ। ਉਹ ਬੋਲੀ, ਮੈਂ ਆਪਣੇ ਬੱਚੇ ਨੂੰ ਮਰਦਿਆਂ ਨਹੀਂ ਦੇ ਸਕਦੀ ਹਾਂ। ਤਦ ਉਹ ਬੱਚਾ ਉੱਚੀ ਆਵਾਜ਼ ਨਾਲ ਰੋਣ ਲੱਗ ਪਿਆ। ਪਰਮੇਸ਼ਰ ਨੇ ਉਸ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਉਸ ਦੇ ਇੱਕ ਸਵਰਗ ਦੂਤ ਨੇ ਸਵਰਗ ਤੋਂ ਪੁਕਾਰ ਕੇ ਹਾਜ਼ਰਾਂ ਨੂੰ ਕਿਹਾ, ਹਾਜ਼ਰਾਂ ਨਾ ਡਰ, ਪਰਮੇਸ਼ਰ ਨੇ ਤੇਰੇ ਬੱਚੇ 'ਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਹੈ। ਤੂੰ ਹੁਣ ਉੱਠ ਅਤੇ ਆਪਣੇ ਬੱਚੇ ਨੂੰ ਗੋਦ ਵਿੱਚ ਲੈ, ਕਿਉਂਕਿ ਮੈਂ ਉਸ ਤੋਂ ਇੱਕ ਬਹੁਤ ਵੱਡੀ ਕੌਮ ਪੈਦਾ ਕਰਾਂਗਾ। ਤਦ ਪਰਮੇਸ਼ਰ ਨੇ ਹਾਜ਼ਰਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੂੰ ਇੱਕ ਪਾਣੀ ਦਾ ਖੂਹ ਦਿਖਾਈ ਦਿੱਤਾ। ਉਸ ਨੇ ਉਹ ਖੂਹ ਤੋਂ ਆਪਣੀ ਪਾਣੀ ਦੀ ਮਾਸ਼ਕ ਭਰੀ ਅਤੇ ਬੱਚੇ ਨੂੰ ਪਾਣੀ ਦਿੱਤਾ। ਹਾਲੇਲੂਇਆ। ਹੁਣ ਜਿੱਦਾਂ ਆਪਾਂ ਇੱਥੇ ਵਚਨ ਦੇ ਵਿੱਚ ਦੇਖਿਆ ਕਿ ਪਰਮੇਸ਼ਰ ਨੇ ਕਿੱਦਾਂ ਹਾਜ਼ਰਾਂ ਨੂੰ, ਜਦੋਂ ਉਹਦੇ ਸਾਰੀ ਮਦਦ ਬੰਦ ਹੋ ਗਈ, ਉਹਨਾਂ ਕੋਲ ਪਾਣੀ ਤੱਕ ਵੀ ਖਤਮ ਹੋ ਗਿਆ ਅਤੇ ਉਸ ਟਾਈਮ ਜ਼ਿੰਦਗੀ ਦੀ ਕੋਈ ਆਸ ਨਹੀਂ ਰਹੀ, ਉਹਦਾ ਬੱਚਾ ਰੋਂਦਾ ਸੀ, ਆਪਾਂ ਦੇਖਦੇ ਕਿ ਮਾਂ ਦੀ ਕੀ ਹਾਲਤ ਹੋਊਗੀ। ਅਤੇ ਜਦੋਂ ਉਹਨੇ ਪਰਮੇਸ਼ਰ 'ਤੇ ਅੱਖਾਂ ਲਾਈਆਂ ਅਤੇ ਪਰਮੇਸ਼ਰ ਨੇ ਉਹਦੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਸਵਰਗ ਦਾ ਪਰਮੇਸ਼ਰ ਦੇ ਦੂਤ ਨੇ ਉਹਦੇ ਨਾਲ ਗੱਲ ਕੀਤੀ, ਸਵਰਗ ਤੋਂ ਪਰਮੇਸ਼ਰ ਦੇ ਦੂਤ ਨੇ ਉਹਦੇ ਨਾਲ ਗੱਲ ਕੀਤੀ ਕਿ ਹਾਜ਼ਰਾ ਦੇਖ, ਮੈਂ ਤੇਰੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਲਈ ਆ। ਅਤੇ ਉਹਨੇ ਜਦੋਂ ਦੇਖਿਆ ਤਾਂ ਇੱਕ ਪਾਣੀ, ਥੋੜ੍ਹਾ ਪਾਣੀ ਨਹੀਂ, ਪਾਣੀ ਦਾ ਖੂਹ ਵਗਦਾ ਦੇਖਿਆ ਅਤੇ ਉਸਨੇ ਉੱਥੋਂ ਮਸ਼ਕ ਭਰ ਕੇ ਆਪਣੇ ਬੱਚੇ ਨੂੰ ਪਾਣੀ ਪਿਲਾਇਆ। ਇਹ ਉਹ ਪਰਮੇਸ਼ਰ ਆ ਜਿਹੜਾ ਪਾਣੀਆਂ ਨੂੰ ਪੈਦਾ ਕਰਨ ਵਾਲਾ, ਜਿਹੜਾ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮੇਸ਼ਰ ਆ, ਜਿਹਨੇ ਮੈਨੂੰ ਅਤੇ ਤੁਹਾਨੂੰ ਬਣਾਇਆ ਆ, ਜੋ ਰਚਨਹਾਰਾ ਆ, ਉਹ ਕੀ ਨਹੀਂ ਕਰ ਸਕਦਾ। ਅੱਜ ਕਿੰਨੀ ਜ਼ਰੂਰਤ ਆ ਕਿ ਆਪਾਂ ਪਰਮੇਸ਼ਰ ਦੇ ਰਾਹਾਂ 'ਤੇ ਚੱਲੀਏ ਅਤੇ ਉਹਦੇ ਵਚਨ ਮੁਤਾਬਕ ਉਹਦੀ ਡਾਇਰੈਕਸ਼ਨ 'ਚ ਚੱਲੀਏ ਅਤੇ ਹਿੰਮਤ ਨਾ ਹਾਰੀਏ, ਉਹਦੀ ਦੁਹਾਈ ਦੇਈਏ, ਉਹਦੇ ਵਚਨ 'ਚ ਬਣੇ ਰਹੀਏ ਅਤੇ ਉਹ ਸਵਰਗ ਖੋਲ੍ਹ ਦੇਵੇਗਾ। ਜੇ ਅੱਜ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਆਸ ਨਹੀਂ ਗੀ, ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਰ 'ਤੇ ਆਪਣੀਆਂ ਅੱਖਾਂ ਲਾਈ ਰੱਖੋ ਅਤੇ ਪਰਮੇਸ਼ਰ ਸਵਰਗ ਖੋਲ੍ਹਣ ਦੀ ਤਾਕਤ ਰੱਖਦਾ ਆ। ਹਾਲੇਲੂਇਆ। ਹਾਂਜੀ, ਆਪਾਂ ਇੱਕ ਹੋਰ ਐਗਜ਼ੈਂਪਲ ਦੇਖਾਂਗੇ, ਜਿੱਦਾਂ ਚੇਲਿਆਂ ਦੇ ਕਰਤੱਵ ਦੇ ਵਿੱਚ ਲਿਖਿਆ ਹੋਇਆ ਆ ਕਿ ਜਦੋਂ ਪਤਰਸ ਜੇਲ੍ਹ ਦੇ ਵਿੱਚ ਸੀ ਅਤੇ ਸਾਰੀ ਸੰਗਤ ਜਿਹੜੀ ਆ ਬੜੀ ਸੰਜੀਦਗੀ ਦੇ ਨਾਲ ਇਕੱਠੇ ਹੋ ਕੇ ਦੁਆ ਕਰ ਰਹੀ ਸੀ,
ਤੇ ਪਰਮੇਸ਼ਰ ਨੇ ਆਪਣਾ ਦੂਤ ਜਿਹੜਾ ਆ ਸਵਰਗ ਤੋਂ ਭੇਜ ਕੇ ਪਤਰਸ ਦੀਆਂ ਹੱਥ ਕੜੀਆਂ ਨੂੰ ਖੋਲ੍ਹ ਦਿੱਤਾ ਸੀ ਅਤੇ ਉਹ ਦੂਤ ਜਿਹੜਾ ਸੀ ਉਹਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਇਆ ਸੀ ਅਤੇ ਪਤਰਸ ਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਇਹ ਮੇਰਾ ਕੋਈ ਸੁਪਨਾ ਆ ਅਤੇ ਜਦੋਂ ਉਹਨੇ ਆਪਣੇ ਆਪ ਨੂੰ ਜੇਲ੍ਹ ਤੋਂ ਬਾਹਰ ਅਤੇ ਆਜ਼ਾਦ ਦੇਖਿਆ ਅਤੇ ਫਿਰ ਉਹਨੂੰ ਪਤਾ ਲੱਗਿਆ ਕਿ ਪਰਮੇਸ਼ਰ ਮੈਨੂੰ ਪਰਮੇਸ਼ਰ ਨੇ ਛੁਡਾਇਆ ਆ। ਇਸੇ ਤਰ੍ਹਾਂ ਜਦੋਂ ਕੋਈ ਵੀ ਆਸ ਆਪਣੀ ਬੰਦ ਹੋ ਜਾਂਦੀ ਆ ਤਾਂ ਪਰਮੇਸ਼ਰ 'ਤੇ ਅੱਖਾਂ ਲੱਗੀਆਂ ਰਹਿੰਦੀਆਂ, ਉਹ ਦੁਆਵਾਂ 'ਚ ਲੱਗੇ ਰਹੇ, ਬੜੀ ਸੰਜੀਦਗੀ ਦੇ ਨਾਲ ਵਿਸ਼ਵਾਸ ਦੇ ਨਾਲ ਦੁਆਵਾਂ ਕਰ ਰਹੇ ਸੀ। ਅਤੇ ਜਦੋਂ ਉੱਥੇ ਪਤਰਸ ਪਹੁੰਚ ਗਿਆ, ਜਦੋਂ ਅਸੀਂ ਪਰਮੇਸ਼ਰ 'ਤੇ ਅੱਖਾਂ ਲਾਈ ਰੱਖਦੇ, ਉਹਨੂੰ ਪੁਕਾਰਦੇ ਹਾਂ ਤਾਂ ਪਰਮੇਸ਼ਰ ਸਾਡੀ ਸੁਣਦਾ ਆ। ਇਸ ਕਰਕੇ ਆਓ ਆਪਣੀਆਂ ਅੱਖਾਂ ਨੂੰ ਪਰਮੇਸ਼ਰ 'ਤੇ ਲਾਈਏ ਅਤੇ ਉਹ ਸਾਡੀ ਪੁਕਾਰ ਨੂੰ ਅੱਜ ਜ਼ਰੂਰ ਸੁਣੂਗਾ। ਜੇ ਕੋਈ ਵੀ ਭੈਣ ਭਰਾ ਜਿਹਦੇ ਕੋਈ ਹਾਲਾਤ ਇੱਦਾਂ ਦੇ ਆ ਕਿ ਉਹਨੂੰ ਕੁਛ ਸਮਝ ਨਹੀਂ ਆ ਰਹੀ, ਘਬਰਾਓ ਨਹੀਂ, ਪਰਮੇਸ਼ਰ ਛੁਟਕਾਰਾ ਦੇਣ ਜਾ ਰਿਹਾ ਆ ਤੁਹਾਡੇ ਲਈ, ਅੱਜ ਸਵਰਗ ਖੁੱਲ੍ਹਣ ਜਾ ਰਿਹਾ ਆ। ਹਾਲੇਲੂਇਆ। ਇੱਦਾਂ ਹੀ ਸਾਡੇ ਚਰਚ ਦੇ ਵਿੱਚ ਇੱਕ ਭੈਣ ਪਿਛਲੇ ਦਿਨਾਂ 'ਚ ਬੜੀ ਮੁਸੀਬਤ ਦੇ ਵਿੱਚ ਸੀ ਅਤੇ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਮੈਂ ਕੀ ਕਰਾਂ, ਕੀ ਡਿਸੀਜ਼ਨ ਬਣਾਵਾਂ, ਉਹਨੂੰ ਕੋਈ ਮਦਦ ਨਹੀਂ ਸੀ, ਬਿਲਕੁਲ ਹਾਰ ਗਈ ਸੀ, ਬਿਲਕੁਲ ਥੱਕ ਗਈ ਸੀ। ਅਤੇ ਉਹ ਕਹਿ ਰਹੀ ਸੀ ਮੈਂ ਕਿੱਦਾਂ ਕਰੂੰਗੀ ਗੁਜ਼ਾਰਾ, ਕਿੱਦਾਂ ਮੇਰਾ, ਮੈਂ ਕੀ ਕਰੂੰਗੀ, ਮੈਨੂੰ ਕੁਛ ਨਹੀਂ ਪਤਾ ਲੱਗਦਾ, ਜੇ ਮੈਂ ਇੱਦਾਂ ਕੀਤਾ ਤਾਂ ਆਹ ਹੋ ਜਾਣਾ, ਇੱਦਾਂ ਕੀਤਾ ਤਾਂ ਆਹ ਹੋ ਜਾਣਾ। ਉਹਨੂੰ ਵਚਨਾਂ ਦੇ ਵਿੱਚੋਂ ਅਸੀਂ ਦਿਲਾਸਾ ਦਿੱਤਾ ਕਿ ਉਹ ਪਰਮੇਸ਼ਰ 'ਤੇ ਭਰੋਸਾ ਕਰ ਕਿ ਪਰਮੇਸ਼ਰ ਸਭ ਕੁਛ ਕਰਨ ਦੀ ਸਮਰੱਥ ਰੱਖਦਾ ਆ। ਅਤੇ ਸੱਚਮੁੱਚ ਜਦੋਂ ਉਹਨੇ ਮਨ ਬਣਾਇਆ, ਜਦੋਂ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ, ਜਦੋਂ ਉਹਨੇ ਮਨ ਬਣਾਇਆ ਡਿਸੀਜਨ ਲੈਣ ਵਾਸਤੇ, ਤਾਂ ਸੱਚਮੁੱਚ ਪਰਮੇਸ਼ਰ ਨੇ ਉਹਦੇ ਲਈ ਸਭ ਕੁਛ ਮੁਹੱਈਆ ਕਰ ਦਿੱਤਾ ਅਤੇ ਪਰਮੇਸ਼ਰ ਨੇ ਉਹਦੀਆਂ ਅੱਖਾਂ ਵੀ ਖੋਲ੍ਹ ਦਿੱਤੀਆਂ ਕਿ ਉਹਦੇ ਨਾਲ ਕੀ ਧੋਖੇ ਹੋਏ, ਕੀ ਉਹਦੇ ਨਾਲ ਹੋਇਆ। ਅਤੇ ਇਸ ਟਾਈਮ ਉਹ ਭੈਣ ਇੰਨੀ ਪਰਮੇਸ਼ਰ ਦੀ ਮਹਿਮਾ ਕਰਦੀ ਆ ਅਤੇ ਰੂਹ ਦੇ ਵਿੱਚ ਤਕੜੀ ਹੋਈ ਉਹ ਆ ਕਿ ਉਹ ਜੀਂਦਾ ਪਰਮੇਸ਼ਰ ਆ, ਉਹ ਮੇਰਾ ਪਿਤਾ ਪਰਮੇਸ਼ਰ ਆ। ਸਾਡੇ ਮਾਂ ਬਾਪ ਚਾਹੇ ਸਾਡਾ ਸਾਥ ਨਾ ਦੇਣ, ਕੋਈ ਹਾਲਾਤ ਸਾਡਾ ਸਾਥ ਨਾ ਦੇਵੇ, ਕੋਈ ਭੈਣ ਭਰਾ ਸਾਡਾ ਸਾਥ ਨਾ ਦੇਵੇ, ਪਰ ਪਰਮੇਸ਼ਰ ਕਦੀ ਵੀ ਨਹੀਂ ਛੱਡਦਾ, ਉਹ ਪਰਮੇਸ਼ਰ ਜਿਹਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ ਹਰ ਹਾਲਾਤ ਦੇ ਵਿੱਚ। ਵਚਨ ਦੇ ਵਿੱਚ ਲਿਖਿਆ ਹਰ ਹਾਲਾਤ ਵਿੱਚ ਉਹਦਾ ਧੰਨਵਾਦ ਕਰਦੇ ਰਹੋ, ਕਿਉਂਕਿ ਜੋ ਵੀ ਕਰਦਾ ਆ ਪਰਮੇਸ਼ਰ ਚੰਗੇ ਲਈ ਕਰਦਾ, ਉਹਦੇ ਵਿੱਚ ਉਹ ਆਪਣੀ ਮਹਿਮਾ ਪ੍ਰਗਟ ਕਰਦਾ ਆ। ਬਚਨ ਦੇ ਵਿੱਚ ਲਿਖਿਆ ਮੇਰਾ ਦੁੱਖ ਮੇਰੇ ਲਈ ਭਲਾ ਸਿੱਧ ਹੋਇਆ ਕਿ ਮੈਂ ਤੇਰੀਆਂ ਵਿਧੀਆਂ ਦੀ ਪਾਲਣਾ ਕਰਨੀ ਸੀਗੀ। ਅਸੀਂ ਦੁੱਖਾਂ ਦੇ ਵਿੱਚ ਹੀ ਉਹਦੇ ਨੇੜੇ ਜਾਂਦੇ ਹਾਂ, ਉਹਦੇ ਹੁਕਮਾਂ ਨੂੰ ਮੰਨਦੇ ਹਾਂ, ਨਹੀਂ ਤਾਂ ਇਹ ਸੰਸਾਰ ਦੀਆਂ ਖਾਹਿਸ਼ਾਂ, ਇਸ ਸੰਸਾਰ ਦੀਆਂ ਚੀਜ਼ਾਂ ਸਾਨੂੰ ਲੁਕੋ ਦਿੰਦੀਆਂ ਆ, ਸਾਨੂੰ ਗੁੰਮਰਾਹ ਕਰ ਦਿੰਦੀਆਂ ਆ, ਸਾਨੂੰ ਪਰਮੇਸ਼ਰ ਦੀ ਡਾਇਰੈਕਸ਼ਨ ਤੋਂ ਦੂਰ ਲੈ ਜਾਂਦੀਆਂ ਆ। ਇਹ ਦੁੱਖ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦੇ, ਇਹਨਾਂ ਦੁੱਖਾਂ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ, ਇਹਨਾਂ ਸੁੱਖਾਂ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੀਏ। ਹਾਲੇਲੂਇਆ। ਇਸੇ ਤਰ੍ਹਾਂ ਅੱਗੇ ਆਪਾਂ ਬਚਨ ਦੇ ਵਿੱਚ ਪੜ੍ਹਦੇ ਜੱਸਾ ਜਾ ਦੇ 41ਵੇਂ ਚੈਪਟਰ ਦੇ 10ਵੇਂ ਵਰਸ ਦੇ ਵਿੱਚ ਪਰਮੇਸ਼ਰ ਕਹਿੰਦਾ ਤੂੰ ਡਰਨਾ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਪਰਮੇਸ਼ਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ, ਮੈਂ ਤੈਨੂੰ ਸ਼ਕਤੀ ਦੇਵਾਂਗਾ ਅਤੇ ਤੇਰੀ ਮਦਦ ਕਰਾਂਗਾ, ਮੈਂ ਆਪਣੇ ਬਲੀ ਹੱਥਾਂ ਨਾਲ ਤੇਰਾ ਬਚਾਅ ਕਰਾਂਗਾ। ਇੱਥੇ ਪਰਮੇਸ਼ਰ, ਜਿੰਦਾ ਪਰਮੇਸ਼ਰ ਬੋਲਦਾ ਹੈ ਕਿ ਤੂੰ ਨਾ ਡਰ, ਅਸੀਂ ਆਪਣੀ ਤਾਕਤ ਨਾਲ ਕੁਛ ਨਹੀਂ ਕਰ ਸਕਦੇ, ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ, ਉਸ ਪਰਮੇਸ਼ਰ ਦਾ ਸਾਥ ਲੈ ਕੇ ਚੱਲੀਏ ਜਿਹੜਾ ਕਹਿੰਦਾ ਤੂੰ ਡਰ ਨਾ, ਮੈਂ ਤੈਨੂੰ ਛੁਟਕਾਰਾ ਦੇਵਾਂਗਾ, ਕਹਿੰਦਾ ਮੈਂ ਤੇਰਾ ਪਰਮੇਸ਼ਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ। ਅੱਜ ਸਾਨੂੰ ਕਿਸੇ ਹਾਲਾਤ ਤੋਂ ਡਰਨ ਦੀ ਲੋੜ ਨਹੀਂ, ਕਿਸੇ ਇਨਸਾਨ ਤੋਂ ਡਰਨ ਦੀ ਲੋੜ ਨਹੀਂ, ਸਾਨੂੰ ਇੱਜ਼ਤ ਕਰਨੀ ਚਾਹੀਦੀ ਆਪਣੇ ਵੱਡਿਆਂ ਦੀ, ਭੈਣ ਭਰਾਵਾਂ ਦੀ, ਛੋਟਿਆਂ ਦੀ, ਪਿਆਰ ਕਰਨਾ ਚਾਹੀਦਾ, ਪਰ ਡਰਨਾ ਸਿਰਫ ਪਰਮੇਸ਼ਰ ਤੋਂ ਚਾਹੀਦਾ, ਕਿਉਂਕਿ ਜਿਹੜਾ ਜਾਨ ਲੈ ਵੀ ਸਕਦਾ ਅਤੇ ਜਿਹੜਾ ਜਾਨ ਦੇ ਵੀ ਸਕਦਾ, ਸਾਡੀ ਜ਼ਿੰਦਗੀ ਉਹਦੇ ਹੱਥਾਂ ਦੇ ਵਿੱਚ ਆ। ਅੱਜ ਜੇ ਤੁਹਾਨੂੰ ਇਸ ਵਚਨ ਦੇ ਸੁਣਨ ਨਾਲ ਤੁਹਾਡੇ ਦਿਲਾਂ ਦੇ ਵਿੱਚ ਹਲਚਲ ਹੋਈ ਹੋਵੇ, ਪਰਮੇਸ਼ਰ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ, ਜੇ ਪਰਮੇਸ਼ਰ ਅੱਜ ਤੁਹਾਨੂੰ ਕਹਿੰਦਾ ਆ ਕਿ ਮਾਫ਼ੀ ਮੰਗੋ ਤਾਂ ਮਾਫ਼ੀ ਮੰਗੋ, ਜੇ ਪਰਮੇਸ਼ਰ ਕਹਿੰਦਾ ਦਿਲ ਦੇਵੋ ਤਾਂ ਦਿਲ ਦੇਵੋ, ਆਪਣੇ ਗੋਡਿਆਂ ਦੇ ਭਾਰ ਆ ਕੇ ਅੱਜ ਆਪਾਂ ਪਰਮੇਸ਼ਰ ਤੋਂ ਮਦਦ ਮੰਗੀਏ ਕਿ ਪਰਮੇਸ਼ਰ ਸਾਡੀ ਮਦਦ ਕਰੇ, ਕਿ ਅਸੀਂ ਕਹੀਏ ਕਿ ਪ੍ਰਭੂ ਸਾਨੂੰ ਮਾਫ਼ ਕਰ, ਸਾਡੇ ਰਾਹਾਂ ਨੂੰ ਸਿੱਧੇ ਕਰ ਕੇ ਅਸੀਂ ਤੇਰੀ ਡਾਇਰੈਕਸ਼ਨ ਦੇ ਵਿੱਚ ਚੱਲ ਸਕੀਏ। ਅਸੀਂ ਪ੍ਰਭੂ ਜੀ ਆਪਣੇ ਮਨਾਂ ਨੂੰ ਤੇਰੇ ਵੱਲ ਮੋੜਦੇ ਹਾਂ ਅਤੇ ਤੇਰੇ ਅੱਗੇ ਆਪਣੇ ਆਪ ਨੂੰ ਸਮਰਪਣ ਕਰਦੇ ਹਾਂ। ਅੱਜ ਤੋਂ ਅਸੀਂ ਤੇਰੇ ਵਚਨ ਮੁਤਾਬਕ ਜ਼ਿੰਦਗੀ ਜੀਣ ਦਾ ਵਾਅਦਾ ਕਰਦੇ ਹਾਂ ਕਿ ਪਰਮੇਸ਼ਰ ਤੇਰੇ ਵਚਨਾਂ ਦੇ ਮੁਤਾਬਕ ਸਾਡੇ ਹਾਲਾਤ ਚਾਹੇ ਜਿਸ ਤਰ੍ਹਾਂ ਦੇ ਵੀ ਆ,
पर प्रभु जी असी उस स्वर्ग नूं खुल्लिया देखना चाहते हाँ कि साड़ी मदद स्वर्ग तो आवे। प्रभु जी असी तेरा धन्नवाद करते हाँ कि तू साडा परमेश्वर है। प्रभु जी असी धन्नवाद करते कि तू साडियां अखां नूं खोल दिता कि असी उस मुक्तिदाता नूं जान लिया। धन्नवाद करते हैं प्रभु जी, ये साढ़े किसी प्रभु जी साढ़े चंगे कम्मां दे सदका नहीं पर बल्कि तेरी कृपा दे करके होया। प्रभु जी असी तेरा धन्नवाद करते हैं, शुक्र करते हैं खुदावन यसू मसीह के नाम दे विच। मैं विश्वास करती हाँ कि तुसी अद्भुत कम्मां नूं अपनी जीवन दे विच हुंदा देखोगे। तुसी इस परमेश्वर ते यसू मसीह ते विश्वास करके अपना दिल परमेश्वर नूं दे के अपने ते स्वर्ग नूं खुल्लिया देखना चाहते हो तां तुसी यही दुआ करनी आ कि प्रभु यसू मैं जान लिया कि तुसी परमेश्वर दे पुत्र हो, तुसी स्वर्ग छड़ के धरती ते मेरे पापां दी खातर मेरी मुक्ति दी खातर आए, तुसी जींदे परमेश्वर हो, मेरे पापा नूं माफ़ कर देवो ते मेरा नाम अपनी जीवन दी पुस्तक दे विच लिख लवो। मैं विश्वास करदी हाँ करदा हाँ कि तुसी मारे गए मेरे पापा दी खातर, तुसी दबे गए ते तीसरे दिन फिर मुरदियां चों जींदे हो के 40 दिन इस संसार ते रह के चमत्कार किते ते फिर तुसी सिद्धे स्वर्ग दे विच उठाए गए ते अज तुसी पिता दे सज्जे हाथ बैठे हो। मैं विश्वास करदी हाँ तुसी मेरे मुक्तिदाता बन जाओ, तुसी मेरे जीवन दे विच आ जाओ ते मेरा नाम अपनी जीवन दी पुस्तक दे विच लिख लवो यसू मसीह दे नाम च। तुसी ए दुआ कर सकदे हाँ ते अज दुआ तो बाद परमेश्वर तुहानू अपना आत्मा तोहफे दे तौर ते देवेगा जो तुहाडियां कमजोरियां दे विच तुहाडी मदद करेगा। जे किते नेड़े तुहाडे कोई चर्च आ तुसी उत्थे संगति करो जां बाइबल नू लै के तुसी बाइबल नू पढ़ना शुरू करो ते परमेश्वर नू जाणो। वो तुहाडे दिल दे दरवाजे ते खटखटा रहा आ, तुहानू पुकार रहा आ क्योंकि जिंदगी बहुत छोटी आ। आमीन। परमेश्वर तुहानू सारिआं नू बरकत देवे। परमेश्वर पिता का प्यार, पवित्र आत्मा की संगति, प्रभु यसू मसीह की कृपा ते मेहर तुहाडे सभनां दे नाल होवे यसू मसीह के नाम दे विच। आमैन आमैन।